ਪਹਿਲਾਂ ਥੋੜੇ ਸਮੇਂ ਦੇ ਵਿੱਚ ਬਿਲਕੁਲ ਮਿੱਤਰੋ ਪਹਿਲੀ ਸ਼ਿਫਟ ਦੀ ਜਿਹੜੀ ਸ਼ੁਰੂਆਤ ਹੋ ਜਾਣੀ ਆ। ਦੋ ਚਾਰ ਗੱਲਾਂ ਭਾਈ ਆ ਗਈ ਭਾਈ ਚਾਰ ਪੁੱਤ ਬਾਰੇ ਪੰਜਵੀਂ ਮਾਂ ਬਾਰੇ ਛੇਵਾਂ ਆਪ ਬਾਰੇ ਆ ਸੱਤ ਲੰਗੋ ਜੀ ਸਾਡੇ ਭਰਾ ਚੌਥੀ ਬਸਿਆ ਇੰਤੂ ਮਿਘਵਾਲ ਦੀਪ ਸੱਟਿਆ ਹੋਣਾ ਦੀਪ ਚਾਚੀ ਸੰਦੀਪ ਸਿੰਘ ਜੀ ਬੈਲਪੁਰ ਕਨੇਡਾ ਸ਼ੀਰਾ ਬੈਲਪੁਰ ਗਿੱਲੀ ਕੁੱਲੇ ਵਾਲ ਮਿੱਤਰੋ ਮੌਲਵੀ ਭਾਈ ਦੇ ਸਰੀਰ ਦੇ ਤੇ ਨਾਲ ਚੈਨੀ ਮੌਲੀ ਕਾਲਾ ਜਲਾਲ ਦੀ ਵਾਰ ਰਾਏ ਕੋਲੀ ਬੁੱਕਲ ਦੇ ਵਿੱਚ ਵਸਿਆ ਹੋਇਆ ਪਿੰਡ ਜਲਾਲ ਦੀ ਵਾਰ ਗੋਪੀ ਭੁਰਖੜਾ ਮੈਂ ਅਕਸਰ ਗੱਲ ਕਰਦਾ ਹੁੰਦਾ ਭੁੱਲਾ ਕਿਤੇ ਗੋਪੀ ਬੜੀ ਸ਼ਰਧਾ ਮਿੱਤਰੋ ਦੇਖੀ ਸੇਵਾ ਸਿੰਘ ਫਲਕੋਤਾ ਆਓ ਜੀ ਨਹੀਂ ਸ਼੍ਰੋਮਣੀ ਕਮਿਸ਼ਨ ਦੇ ਰਾਜਨੀਤੀ ਲਗਾਉਣਾ ਰਹਿੰਦਾ ਫਤਿਹ ਸਿੰਘ ਅੱਗੋਂ ਆ ਗਿਆ ਨਹੀਂ ਅਸੀਂ ਨੀਹਾਂ ਚ ਚਿੰਨ ਲਈ ਆਏ ਲਾਲਾ ਨੂੰ ਦਰਬਾਰ ਪੁੱਛਦੇ ਤੁਸੀਂ ਕਿਸ ਮੁੰਡੇ ਚ ਆਏ ਜਿਹੜੇ ਮੇਰੇ ਵੀਰ ਨਹੀਂ ਗਏ ਜ਼ਰੂਰ ਵੀਰ ਬਣ ਕੇ ਉੱਥੇ ਜਾ ਕੇ ਆਇਓ ਆਪਣੇ ਬੱਚਿਆਂ ਨੂੰ ਵੀ ਲੈ ਕੇ ਜਾਇਓ ਪਰਮਜੀਤ ਸਿੰਘ ਜੀ ਗਿੱਲ ਲਾਲਪੁਰ ਵੱਡਾ ਨੌਵਾਂ ਮਿੱਤਰੋ ਖੇਡ ਦੇ ਵਿੱਚ ਅਸੀਂ ਧੰਨਵਾਦ ਕਰ ਲਈ ਸਾਡੇ ਮੇਲੇ ਤੇ ਪਹੁੰਚੇ ਸਰਦਾਰ ਸੇਵਾ ਸਿੰਘ ਜੀ ਫਲਕੋਟਾ ਬਾਜ ਫਲਕੋਟਾ ਵਧੀਆ ਜਿੱਥੇ ਆਪਣੇ ਪਿੰਡ ਮੇਲਾ ਵੀ ਕਰਾਇਆ ਦਿੱਲੀ ਮੋਰਚੇ ਨੂੰ ਸਮਰਪਣ ਅੱਜ ਦਾ ਵੀ ਸਾਡਾ ਜਿਹੜਾ ਮੇਲਾ ਮਿੱਤਰੋ ਇਹ ਜਿਹੜੀ ਜਿੱਤ ਹੋਈ ਦਿੱਲੀ ਧਰਨੇ ਦੀ ਉਹਦੀ ਖੁਸ਼ੀ ਦੇ ਵਿੱਚ ਅੱਜ ਦਾ ਜਿਹੜਾ ਮਾਸਟਰ ਮਹਿੰਦਰ ਸਿੰਘ ਜੀ ਖਵਾਣਾ ਬਲਬੀਰ ਸਿੰਘ ਜੀ ਯੂਐਸਏ ਰਣਵੀਰ ਸਿੰਘ ਯੂਐਸਏ ਰਾਣਾ ਮਾਨ ਬੁਗਰਾ ਸਾਡਾ ਵੱਡਾ ਵੀਰ ਆ ਸਾਂਝੇ ਮਿੱਤਰੋ ਇਹਨਾਂ ਮਿੱਤਰੋ ਪਰਿਵਾਰਾਂ ਦੇ ਸਾਂਝੇ ਤੌਰ ਤੇ ਭੱਜਦੇ ਨੇ ਬਾਈ ਕਰਾ ਦਾ ਮਾਸਟਰ ਮਹਿੰਦਰ ਸਿੰਘ ਜੀ ਖਵਾਣਾ ਉਹਨਾਂ ਦੇ ਸਨ ਲੋ ਬੜੇ ਤਕੜੇ ਮਿੱਤਰੋ ਖੇਡ ਮੇਲੇ ਵੀ ਕਰਾਏ ਜਿੱਥੇ ਬੜਾ ਪਿਆਰ ਆ ਬਾਈ ਕੁਲਵੀਰ ਮਾਨਕਾ ਦੇ ਨਾਲ ਸੰਦੀਪ ਸਿੰਘ ਜੀ ਪਹਿਲਪੁਰ ਕਿਉਂਕਿ ਉਹਨਾਂ ਦੇ ਲਾਗੇ ਪਿੰਡ ਪੈਂਦਾ ਸਾਡੇ ਵੀਰ ਦਾ
ਆ ਗਈ ਭਾਈ ਇਥੋਂ ਹੀ ਇਹ ਕਹਿੰਦੇ ਦੇਖ ਲੈਣੀ ਫੇਰ ਸਾਰੇ
ਦੁਬਾਰਾ ਜ਼ਰੂਰ ਜਿੱਦਾਂ ਬੱਪੂ ਦਾ ਮੁੰਡਾ ਕਹਿੰਦਾ ਕਹਿੰਦਾ ਮਾਂ ਜਾਂ ਬੇਬੇ ਮਿੱਟੀ ਜੰਮ ਕੇ ਮਾਂ ਮਾਰ ਗਈ ਸੀ ਉਹਦੀ ਚੇਤਾ ਇੱਕ ਵਾਰੀ ਤੇ ਸੰਦੀਪ ਹੁਣਾਂ ਦਾ ਭਾਜੀ ਹੁਣਾਂ ਦਾ ਵੈਲ ਪੁਰਾਣਾ ਹਟ ਜਾਣੇ ਭਾਈ ਆਓ ਕਾਟੋ ਖੇਡੇ ਫੁੱਲਾਂ ਦੇ ਲਾਲੀਆਂ ਛਾਈਆਂ ਪੈਣ ਦੁਹਾਈਆਂ ਜਿੱਥੋਂ ਵੀ ਲੰਘਦੇ ਯਾਰ ਪਹਿਲੀ ਚੋਟੀ ਦੇ ਦੇਣ ਬੱਟ ਮੁਸ਼ਦੇ ਫੁੱਲੇ ਨੇ ਲੁੱਟਦੇ ਟੌਰ ਵੀ ਚੰਗੀ ਏ
ਸ਼ੌਕ ਮਹਿੰਗਾ ਬਲਦਾਂ ਦਾ, ਸ਼ੌਕ ਮਹਿੰਗਾ ਬਲਦਾਂ ਦਾ, ਪਾਲਿਆ ਜੱਟ ਨੇ ਫੱਟੇ ਨੇ ਚੱਕਦੇ ਪੈਂਦੀਆਂ ਹੂਕਾਂ, ਸ਼ਰਤਾਂ ਲਾਉਂਦੇ ਸ਼ਿਫਟਾਂ ਤੇ ਯਾਰ ਮਲਬਈ, ਦੁਆਬੀਏ ਕਈ ਚੁਕਾਉਂਦੇ ਪੂਛਾਂ।